ਅਸਲਾਮੁਅਲੈਕੁਮ ਜੀ, ਵਿਵੀ ਲਦਰ ਦੀ ਵਲੋਗ 'ਤੇ ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ ਤਾਂ ਤੁਹਾਡਾ ਵੀਰ ਚੱਲਿਆ ਜੀ ਸਿਆਲਕੋਟ ਇਲਾਮਾ ਇਕਬਾਲ ਹਾਊਸ, ਮੈਂ ਚਲਾਓ ਤੁਹਾਨੂੰ ਜ਼ਰਾ ਥੋੜ੍ਹੀ ਜਿਹੀ ਸੈਰ ਸੂਰ ਕਰਾਈਏ ਭਾਈ ਨਾਲ ਚੱਲੇ ਹਾਂ ਜ਼ਰਾ ਉੱਥੇ, ਇਹਨਾਂ ਨੂੰ ਥੋੜ੍ਹਾ ਜਿਹਾ ਕੰਮ ਹੀ ਉਹ ਵੀ ਤੁਹਾਨੂੰ ਵਹਾਨੇ ਕੀ ਕੰਮ ਹੈ, ਤਾਂ ਉਸ ਤੋਂ ਬਾਅਦ ਮੈਂ ਚਲੋ ਯਾਰ ਵਿਹਲੇ ਉਹ ਤਾਂ ਕੀ ਕਰਨਾ ਜੀ, ਉਹ ਮੇਰੇ ਨਾਲ ਫਿੱਟ ਰਹੋ ਅਤੇ ਗਰਮੀ ਯਾਰ ਇੰਤਹਾ ਦੀ, ਤੁਸੀਂ ਵੇਖ ਰਹੇ ਹੋ ਪੜਨੇ ਛੜਨੇ ਹਾਂ ਇੰਜ ਬਲੇਟਰ ਜਿਵੇਂ ਜੱਦੇ ਜਾ ਰਹੇ ਹਾਂ, ਇੰਤਹਾ ਦੀ ਗਰਮੀ ਹੈ, ਪਾਣੀ ਛਾਣੀ ਪੀ ਕੇ ਗਏ ਹਾਂ ਪਰ ਫਿਰ ਵੀ ਇੱਥੇ ਲਮੋਤਰੇ ਤੱਕ ਹੀ ਪਹੁੰਚੇ ਹਾਂ ਅਤੇ ਪੂਰਾ ਠੰਡਾ ਯੱਕ ਮਾਹੌਲ ਹੋ ਗਏ ਬਾਬੇ ਸਿਆਲਕੋਟ ਤੁਹਾਨੂੰ ਨਜ਼ਰ ਆ ਰਹੇ, ਸਿਆਲਕੋਟ ਦੇ ਕੋਲ ਅਸੀਂ ਪਹੁੰਚ ਚੁੱਕੇ ਹਾਂ, ਵੇਖ ਰਹੇ ਹੋ ਤੁਸੀਂ ਉਹ ਮਨਾਰੇ ਪਾਕਿਸਤਾਨ ਵੱਡਾ ਵਰਜਾ ਬਾਬੇ ਸਿਆਲਕੋਟ ਜਿਹੜਾ ਉੱਤੇ ਲਿਆ ਨਜ਼ਰ ਤੁਹਾਨੂੰ ਆ ਰਿਹਾ ਅਤੇ ਇਨਸ਼ਾਅੱਲਾ ਤੁਹਾਡਾ ਵੀਰ ਤੁਹਾਨੂੰ ਸਿਆਲਕੋਟ ਪਹੁੰਚ ਕੇ ਸਭ ਕੁਛ ਵਧੀਆ ਵਧੀਆ ਨਜ਼ਾਰੇ ਵਹਾਉਂਦਾ। ਠੀਕ ਹੈ, ਚੱਲੇ ਇਲਾਮਾ ਇਕਬਾਲ ਦੇ ਘਰ, ਮੈਂ ਚਲੋ ਆਓ ਯਾਰਾਂ ਦਾ ਹੀ ਮੈਂ ਜਾਣਾ ਜ਼ਰਾ ਡਾਕਟਰ ਦੇ ਕੋਲ ਅਤੇ ਆਓ ਅਤੇ ਮੈਂ ਚਲੋ ਜੀ ਮੈਨੂੰ ਵੀ ਲਾਈਓ ਇਸਲਾਮਾ ਇਕਬਾਲ ਦਾ ਘਰ, ਵੇ ਆਈਏ ਥੋੜ੍ਹਾ ਜਿਹਾ ਇੰਜੋਏ ਔਰ ਸੈਲਫ ਘਰ ਆਈਏ, ਬੜਾ ਡਾਇਲੋਗ ਤੁਹਾਨੂੰ ਮੇਰਾ ਫੜ ਲਿਆ ਬਗੈਰ ਤੋਂ। ਇਹ ਚੈੱਕ ਕਰੋ ਤੁਸੀਂ ਉੱਤੇ ਲਿਖਿਆ ਜੀ ਬਾਬੇ ਸਿਆਲਕੋਟ ਅਤੇ ਐਸੀ ਪਾਰ ਕਰਕੇ ਆ, ਵੇਖ ਰਹੇ ਤੁਸੀਂ ਮੇਰਾ ਸੋਹਣਾ ਜਿਹਾ ਮੁਖੜਾ ਕਿੱਡਾ ਸੋਹਣਾ ਲੱਗ ਰਿਹਾ। ਇਸ ਟਾਈਮ ਅਸੀਂ ਪਹੁੰਚ ਚੁੱਕੇ ਹਾਂ ਜੀ ਦੁਬਰਜੀ ਦੇ ਕੋਲ। ਠੀਕ ਉਹ ਮੇਰਾ ਮੋਬਾਈਲ ਨੇ ਬਲਰ ਮਾਰਿਆ, ਵੇਖਿਆ ਵੇਖਿਓ ਮੈਂ ਭਾਈ ਵੱਲ ਫੋਕਸ ਕਰਾਂਗਾ। ਇਹ ਵੇਖ ਰਿਹਾ ਮੇਰੇ ਕੋਲ ਮੋਬਾਈਲ ਅੱਛਾ, ਚੈੱਕ ਕਰੋ ਤੁਸੀਂ ਸਾਹਮਣੇ ਮੰਦਰ ਹੈ। ਠੀਕ ਹੈ, ਉੱਥੇ ਪਹੁੰਚਿਆ ਕਿ ਉਹਦਾ ਨਾਈਡਰਾ ਮਹਾਲੇ ਚੌਂਕ ਦੇ ਕੋਲ ਜਿਹੜਾ ਤਹਿਸੀਲ ਬਾਜ਼ਾਰ ਵਗੈਰਾ ਇਹਨਾਂ ਦੇ ਕੋਲ ਲੜੀਆਂ ਦੇ ਕੋਲ ਅਸੀਂ ਪਹੁੰਚ ਚੁੱਕੇ ਹਾਂ। ਚੈੱਕ ਕਰ ਰਹੇ ਹੋ ਤੁਸੀਂ ਮਾਹੌਲ ਸ਼ੋਲਾ ਹੈ ਮਾਮ ਸਾਹਿਬ ਦੇ ਕੋਲ ਅਸੀਂ ਮਾਸ਼ਾਅੱਲਾ ਪਹੁੰਚ ਚੁੱਕੇ, ਇੱਥੇ ਮੈਂ ਤੁਹਾਨੂੰ ਹਾਨਾ ਬਾਹਰ ਗੇਟ ਦੇ ਉੱਤੇ ਲਿਖਿਆ ਹੋਏਗਾ ਬਹੁਤ ਵੱਡਾ ਜਿਹਾ ਨਾਮ, ਵੇਖ ਲਿਆ ਤੁਹਾਨੂੰ ਨਾਮ ਮੇਰੀ ਜਾਨ ਤੁਹਾਨੂੰ ਪੜ੍ਹ ਲਿਆਉਣਾ ਤਾਜਦਾਰ ਹੱਕ। ਠੀਕ, ਉਸ ਤੋਂ ਬਾਅਦ ਇਹ ਕੰਨ ਵਾਲੇ ਮੇਨ ਮਸਲਾ ਹੀ ਭਾਈ ਹੋਰਾਂ ਦਾ ਜੀ, ਇਹਨਾਂ ਕਿਹਾ ਜੀ ਕੰਨ ਸਾਫ ਕਰਾਉਣਾ ਤਾਂ ਕਿੰਨੇ ਚੱਕਰ ਛੱਕਰ ਲਾਏ ਨੇ ਪਰ ਨਹੀਂ ਸੀਨ ਬਣਿਆ ਇਹਨਾਂ ਦਾ, ਅਤੇ ਅੱਜ ਚਲੋ ਟਾਈਮ ਕਿਸੇ ਕੋਲ ਲਿਆ ਅਪੁਆਇੰਟਮੈਂਟ ਲਈ ਅਤੇ ਇੱਥੇ ਆਇਆ ਜੀ, ਅਤੇ ਉਹਨਾਂ ਟੋਕਨ ਲਿਆ ਅੰਦਰੋਂ ਅਤੇ ਕੰਨ ਦੱਸ ਬਹਿ ਗਿਆ ਅਤੇ ਇਲਾਮਾ ਇਕਬਾਲ ਦਾ ਹੋਸ ਅਤੇ ਮਿਹਰਬਾਨੀ ਤੁਹਾਡੀ ਬੰਦ ਜਿਹਾ ਵੇਰ ਤਮੀਰ ਹੋ ਰਿਹਾ। ਮੈਂ ਪੁੱਛਿਆ ਉਹਨਾਂ ਕਿਹਾ ਭਾਈ ਐ ਨਹੀਂ ਅੱਜ ਹਲੇ ਖੁੱਲ੍ਹਾਂ, ਇਹ ਕੰਮ ਸ਼ੰਮ ਕਰ ਰਹੇ ਅਤੇ ਵਕਤੀ ਤੋੜ ਲਈ ਬੰਦ ਆ, ਰੋਜ਼ ਨਹੀਂ ਬੰਦ ਹੁੰਦਾ। ਮੈਂ ਚਲੋ ਫਿਰ ਬਿਹਤਰ ਆਈਏ ਘਰ ਵਾਲਾ ਚੱਲੇ, ਉਹਨਾਂ ਕਿਹਾ ਜੀ ਬੈਸਟ, ਅਤੇ ਹੁਣ ਇੱਥੇ ਆ ਗਏ ਅਤੇ ਜੀ ਜੂਸ ਪੀਣ ਅਤੇ ਵੀਡੀਓ ਬਣਾ ਰਹੇ ਆ। ਵੇਖੋ ਜੀ ਠਾਠਾ ਸੋਡੇ ਵਾਲੀ ਖਾਨ ਸਾਹਿਬ ਨੇ ਕਿਤੇ, ਅਤੇ ਸ਼ਕਲੋ ਹੀ ਅੱਕੇ ਤੱਕੇ ਲੱਗ ਰਹੇ ਅਤੇ ਕੋਈ ਨਹੀਂ, ਇਹਨਾਂ ਕੋਲ ਦੁੱਧ ਛੋਟਾ ਪੀਂਦੇ ਆ ਜੋ ਵੀ ਹੈ ਪੀ ਕੇ, ਅਤੇ ਫਿਰ ਚੱਲੀਏ ਚੈੱਕ ਕਰ ਰਹੇ ਹੋ ਤੁਸੀਂ। ਗਰਮੀ ਬੜੀ ਸਹੀ, ਅਸੀਂ ਉੱਥੇ ਪਾਸਪੋਰਟ ਦਫ਼ਤਰ ਦੇ ਕੋਲ ਪਹੁੰਚੇ ਹਾਂ। ਲੋ ਜੀ ਇਹ ਨਿੰਬੂ ਸ਼ਿੰਬੂ ਰੜਕ ਲੱਗੇ ਨੇ, ਨਿੰਬੂ ਕੱਟ ਰਹੇ ਨੇ, ਲੋ ਬੋਲਾ ਬੋਲਾ ਬੜਾ ਭੈੜਾ ਬੋਲਿਆ ਜਾਂਦਾ, ਵੀਡੀਓ ਇਹਨਾਂ ਬਣਾ ਆਉਂਦਾ ਪਰਾਂ ਨੂੰ ਘਰ, ਵੇਖੋ ਕਿੱਡਾ ਭੈੜਾ ਪਿਆ ਪੈਂਦਾ। ਉਹ ਤੇਰਾ ਜ਼ਹਿਰ ਸਾਂਝੇ ਘੱਟਦਾ, ਉਹ ਆਉਂਦਾ ਕੋਈ ਨਹੀਂ ਦੇਣੀ ਹੈ ਭਰਾ, ਆਉਂਦਾ ਕੋਈ ਟੈਨਸ਼ਨ ਨਹੀਂ ਕਿ ਤੋਰ ਪੀਣੇ, ਅਤੇ ਇਸ ਲਈ ਅਸੀਂ ਪਹੁੰਚ ਗਏ ਜੀ ਠਾਠਾ ਸੋਡਾ ਸ਼ਿਕੰਜਵੀ ਵਾਲਿਆਂ ਦੇ ਕੋਲ। ਭਾਈ ਨੇ ਇਹਨਾਂ ਦੇ ਮੋਬਾਈਲ ਤੋਂ ਚੈਨਲ ਵੀ ਸਬਸਕ੍ਰਾਈਬ ਕਰਵਾਇਆ, ਉਹ ਵੇਖੋ ਬਹੁਤ ਅੱਛੇ ਭਾਈ ਨੇ ਯਾਰ, ਇਹਨਾਂ ਕੋਲ ਮੰਨਦੇ ਸਾਰ ਪਹਿਲਾਂ ਪੁੱਛਿਆ ਮੈਂ ਭਾਈ ਵੀਡੀਓ ਬਣਾ ਸਕਦਾ, ਕਹਿੰਦੇ ਜਨਾਬ ਤਾਬਿਆਦਾਰ ਕੋਈ ਟੈਨਸ਼ਨ ਨਹੀਂ, ਅਤੇ ਬਹੁਤ ਅੱਛੇ ਭਾਈ ਨੇ ਇਸ ਲਈ ਭਾਈ ਥੈਂਕ ਯੂ ਸੋ ਮਚ। ਠੀਕ ਹੈ, ਵੇਖ ਰਹੇ ਜੀ ਇਹਨਾਂ ਕੋਲ ਸ਼ਿਕੰਜਵੀ ਬਣਵਾਉਣ ਡੇ ਆ, ਅਤੇ ਸ਼ਿਕੰਜਵੀ ਪੀ ਵੀ ਗਰਮੀ ਬਹੁਤ ਜ਼ਿਆਦਾ, ਤੁਸੀਂ ਦੇਖ ਰਹੇ ਹੋ ਭਾਈ ਬੈਠਾ ਹੋਇਆ ਸਾਹਮਣੇ ਗਰਮੀ ਦੇ। ਮੈਂ ਕੋਈ ਨਹੀਂ ਭਾਈ ਹੋਰੀ ਜ਼ਰਾ ਫਰੈਸ਼ ਹੋ ਜਾਣ, ਠੀਕ ਹੈ ਠੰਡਾ ਸੋਡਾ ਤਿਆਰ ਹੋ ਰਿਹਾ, ਵੇਖ ਰਹੇ ਬਰਫ਼ ਤੁਹਾਡੇ ਸਾਹਮਣੇ ਘੁੱਟ ਰਹੇ ਨੇ, ਅਤੇ ਮੈਂ ਜ਼ਰਾ ਇੰਜੋਏ ਔਰ ਸੈਲਫ ਕਰੀਏ, ਗਰਮੀ ਬਹੁਤ ਜ਼ਿਆਦਾ ਹੈ। ਇਹਨਾਂ ਪਾਲੇ ਬਸ ਮੱਖੀਆਂ ਆਏ ਨੇ ਪਰ ਕੋਈ ਨਹੀਂ, ਨਾਲ ਨਾਲ ਝਾੜਦੇ ਵੀ ਇਹਨੇ, ਸਫਾਈ ਸਫਾਈ ਵੀ ਇਹਨੇ ਪਤਾ ਨਹੀਂ ਕਰਨੀ ਚਾਹੀਦੀ, ਅਸੀਂ ਤੁਹਾਨੂੰ ਨਾ ਆਓ ਇੰਜੋਏ ਔਰ ਸੈਲਫ ਕਰੀਏ, ਲਾ ਲਿਓ ਠੀਕ ਹੈ ਬੋਤਲ ਨਾਲ ਸੋਡਾ ਕੱਢ ਲਿਆ। ਇਹ ਟੱਕ ਦੀ ਆਵਾਜ਼ ਜਾਂ ਠਾ ਠਾ ਦਾ ਮੇਰੀ ਜਾਨ ਸਮਝ ਲੱਗ ਗਈ, ਇਹ ਠਾ ਠਾ ਕਿਵੇਂ ਹੋਇਆ, ਲਾ ਲਿਓ ਉੱਥੇ ਸ਼ਟਰ ਲੱਗਾ, ਚੈੱਕ ਕਰਿਓ ਇਹ ਸ਼ਟਰ ਦੇ ਨਾਲ ਉਹ ਵੱਜਦਾ ਟੁਮਕਣਾ, ਤੇ ਠਾ ਦੀ ਆਵਾਜ਼ ਆਉਂਦੀ, ਹੋਰ ਕੋਈ ਐਡਾ ਨਹੀਂ ਕਿ ਵੈਂ ਬੋਤਲ ਹੈ ਜੀ, ਨਹੀਂ ਤਾਂ ਇਹ ਵੀ ਖੋਲ੍ਹਣਾ ਸਾਡੀ ਠਾ ਕਿਉਂ ਨਹੀਂ ਹੁੰਦਾ, ਵੇਖ ਟੱਕ ਉਹਦੇ ਨਾਲ ਉੱਤੇ ਸ਼ਟਰ ਨਾ ਵੱਜਦਾ ਨਾ, ਅਤੇ ਇਸ ਲਈ ਠਾ ਦੀ ਆਵਾਜ਼ ਹੁੰਦੀ ਹੈ, ਅਤੇ ਕੋਈ ਟੈਨਸ਼ਨ ਨਹੀਂ ਲੈਣੀ ਮੇਰੀ ਜਾਨ, ਆਈ ਲਵ ਯੂ, ਬਹੁਤ ਬਹੁਤ ਸ਼ੁਕਰੀਆ ਯਾਰ ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ ਮੇਰੇ, ਮਾਸ਼ਾਅੱਲਾ ਬੜੇ ਜਿਹੇ ਸਬਸਕ੍ਰਾਈਬਰ ਹੋ ਗਏ ਨੇ, ਪਤਾ ਨਹੀਂ ਕਿੰਨੇ ਹੋ ਗਏ, ਮੈਂ ਕਨਫਰਮ ਨਹੀਂ ਚੈੱਕ ਕੀਤਾ, ਅਤੇ ਭਾਈ ਦੇ ਮੋਬਾਈਲ ਤੋਂ ਕੱਢ ਲਈ, ਇਹਨਾਂ ਕਹੇ ਥੈਂਕ ਯੂ, ਇਹਨਾਂ ਕਹੇ ਸਰ ਤਾਬਿਆ ਦਾ, ਇਹਦੇ ਝੂਣੇ ਨਾਲ ਪਾਣੀ ਮੈਂ ਕੀ ਕਹਿੰਦੇ ਡਿਊ ਦੀ ਬੋਤਲ ਪੈ ਗਈ, ਕਾਲਾ ਨਮਕ ਪਿਆ ਵੀ, ਥੋੜ੍ਹੀ ਜਿਹੀ ਜਵੈਣ ਪਾਈ, ਮਿੱਠਾ ਸੋਡਾ ਪਾਇਆ, ਉਸ ਤੋਂ ਬਾਅਦ ਅਗਲਾ ਤੁਹਾਡਾ ਭੜਾ ਕਾਲੀ ਮਿਰਚ ਪਾਈ, ਸਾਬਤ ਗਰਮ ਮਸਾਲਾ ਪਾ ਕੇ ਤੜਕਾ ਲਵਾਇਆ, ਵੇਖ ਰਹੇ ਤੁਸੀਂ ਇਹਨਾਂ ਦੀ ਮੇਨ ਸ਼ਾਇ ਜੀ, ਇਹ ਹੁੰਦਾ ਸੋਡਾ ਆਉਂਦੇ ਨੇ ਜੀ, ਇਹਦਾ ਚਸਕਾ ਬਹੁਤ ਜ਼ਿਆਦਾ ਆਉਂਦਾ, ਐਸੇ ਹੀ ਤੁਸੀਂ ਖਾਇਆ ਕਰੋ ਅਤੇ ਇੰਜੋਏ ਔਰ ਸੈਲਫ ਕਰਿਆ ਕਰੋ, ਅਤੇ ਮੇਰਾ ਡਾਇਲੋਗ ਬੜਾ ਜਿਹਾ ਵਾਇਰਲ ਹੋ ਗਿਆ, ਇੰਜੋਏ ਔਰ ਸੈਲਫ, ਇੰਜੋਏ ਔਰ ਸੈਲਫ ਹੈ। ਨਿੰਬੂ ਨੇ ਭਾਈ ਹੋਣਾ ਸੁੱਕੇ ਨੇ ਪਰ ਚਲੋ ਕੋਈ ਨਹੀਂ, ਰਾਸਾ ਲਿਆ ਨੇ ਅਤੇ ਇੰਨਾ ਧੋ ਕੇ ਰੱਖੇ ਹੁੰਦੇ ਨੇ, ਅਤੇ ਇੱਥੋਂ ਨੁਚੜ ਨੁਚੜ ਕੇ ਇੰਜੋਏ ਔਰ ਸੈਲਫ ਇੰਨਾ ਕਰ ਦੇਣਾ, ਕੀ ਕਰ ਦੇਣਾ
ਇੰਜੋਏ ਯੋਰ ਸੈਲਫ, ਮੈਨੂੰ ਕਮੈਂਟ 'ਚ ਲਾਜ਼ਮੀ ਦੱਸਿਓ ਯਾਰ, ਮੈਂ ਬੜਾ ਫੜ ਕੇ ਤਾਂ ਇੰਜੋਏ ਯੋਰ ਸੈਲਫ ਦੀ ਵਜ੍ਹਾ ਤੋਂ, ਅਤੇ ਆਈ ਲਵ ਯੂ ਮੇਰੀ ਜਾਨ, ਥੈਂਕ ਯੂ ਸੋ ਮੱਚ ਆਪ ਲੋਕਾਂ, ਬਹੁਤ ਬਹੁਤ ਸ਼ੁਕਰੀਆ। ਅਤੇ ਈਦ ਆਉਣ ਡੀ ਹੈ ਅਤੇ ਸਾਰਿਆਂ ਨੂੰ ਐਡਵਾਂਸ ਈਦ ਮੁਬਾਰਕ, ਅਤੇ ਇਸ ਲਈ ਈਦ 'ਤੇ ਨਾ ਸ਼ਾਪਿੰਗ ਧਿਆਨ ਨਾਲ ਕਰਨੀ, ਗਰਮੀ ਬਹੁਤ ਜ਼ਿਆਦਾ ਹੋਣੀ ਹੈ ਅਤੇ ਬਾਕੀ ਕੋਈ ਨਹੀਂ, ਚੈੱਕ ਕਰ ਰਹੇ ਤੁਸੀਂ ਹਲੇ ਨਾ ਧਿਆਨ ਨਾਲ ਰਲਾਉਣਾ ਹੈ, ਰਲਾ ਕੇ ਅਤੇ ਇੰਜੋਏ ਔਰ ਕਰਨਾ ਯਾਰ। ਖਾਣ ਦੀ ਤਾਂ ਬੜੀ ਭੈੜੀ ਗੱਲ, ਤਾਂ ਗੱਲ ਲੱਗੀ ਹੈ, ਕਹਿੰਦਾ ਇਹਨੂੰ ਬੰਦ ਕਰ, ਵੀਡੀਓ ਨਾ ਬਣਾ ਕੋਈ ਨਹੀਂ, ਕੋਈ ਵੀ ਸ਼ੈ ਮੈਂ ਦੇਣੀ। ਮੈਂ ਖਾਂ ਜੀ ਕਿੱਡੀ ਗਲਤ ਗੱਲ, ਮੈਂ ਤੇਰੀ ਨਹੀਂ ਬਣਾਉਂਦੀ, ਨਹੀਂ ਤੂੰ ਚੱਲ। ਮੈਂ ਚੱਲ ਫਿਰ ਚਲੀਏ ਜੀ, ਇੱਥੇ ਆ ਗਿਆ ਤਾਂ ਠੀਕ ਹੈ। ਤਾਂ ਮੈਂ ਚਲੋ ਕੋਈ ਗੱਲ ਨਹੀਂ, ਉੱਥੇ ਪਾਸਪੋਰਟ ਦਫ਼ਤਰ ਦੇ ਕੋਲੋਂ ਲਾਇਆ ਸੀ ਅਤੇ ਸੇਬ ਸਾਹਿਬ ਆਉਂਦੇ ਨੇ ਜੀ, ਚਲੀਏ। ਮੈਂ ਓਕੇ ਕਰੋ ਜੀ, ਆ ਵੇਖੋ ਜੀ ਨਿੰਬੂ ਸ਼ਿਮਰ ਘਾੜ ਲਿਆ ਅਤੇ ਹੁਣ ਨਾ ਜੀ ਕਰੇ ਲੱਗੇ ਨੇ ਇੰਜੋਏ ਔਰ ਸੈਲਫ ਹੈ, ਵੇਖ ਰਹੇ ਠੰਡਾ ਕਰ ਰਹੇ ਨੇ ਅਤੇ ਪੀਂਦੇ ਹਾਂ ਅਤੇ ਕੀ ਜ਼ਾਇਕਾ ਤੁਹਾਨੂੰ ਦੱਸਦੇ ਹਾਂ। ਅਤੇ ਇਸ ਲਈ ਨਾ ਖਵਾਓ ਠੀਕ ਹੈ। ਅਤੇ ਯਾਰ ਜਿੰਨਾ ਸਬਸਕ੍ਰਾਈਬ ਨਹੀਂ ਕੀਤਾ ਉਹ ਕਰਿਆ ਕਰੋ, ਵਿਊ ਮੇਰੇ ਇੰਨੇ ਨੇ 400 ਅਤੇ ਕੁਛ, 300 ਅਤੇ ਕੁਛ, 600 ਅਤੇ ਕੁਛ, ਅਤੇ ਬੰਦਾ ਸਬਸਕ੍ਰਾਈਬ ਵੀ ਕਰਦਾ, ਸਬਸਕ੍ਰਾਈਬ ਹੋਈ 270-280 ਹੋਣੇ ਨੇ, ਅਤੇ ਗਲਤ ਗੱਲ ਹੈ ਜੀ, ਨਾ ਹੋਣਾ ਚਾਹੀਦਾ। ਜਦੋਂ ਵਿਊ ਇੰਨੇ ਵੱਜਦੇ ਨੇ ਸਾਰਿਆਂ ਨੂੰ ਲਾਈਕ ਵੀ ਕਰਨੇ ਚਾਹੀਦੇ ਨੇ, ਅਤੇ 2 ਲਾਈਕ, 3 ਲਾਈਕ, 4 ਲਾਈਕ, ਗਲਤ ਗੱਲ ਹੈ। ਅਤੇ ਆਈ ਮਿਸ ਯੂ ਸਮੀਲਾ ਐਂਡ ਆਈ ਲਵ ਯੂ ਪੁੱਤਰਾ, ਤੂੰ ਇੱਥੇ ਹੁੰਦਾ ਅਤੇ ਬੜਾ ਜਿਹਾ ਇੰਜੋਏ ਹਾਂ ਕਰਨਾ ਸੀ ਤੈਨੂੰ, ਹਾਂ ਲਾਜ਼ਮੀ ਨਾਲ ਧਰੂ ਲੈਣਾ ਸੀ ਕਿਉਂਕਿ ਤੂੰ ਸਾਡੇ ਗਰਾ ਵੇਲ ਹੈ। ਅਤੇ ਇਸ ਲਈ ਵੇਰ ਤੁਸੀਂ ਆਹ ਚੈੱਕ ਕੀਤਾ ਅਤੇ ਠੰਡਾ ਹੀ ਆਖ, ਹਾਏ 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 ਚੱਸ ਆ ਗਈ, ਮੈਂ ਤਾਂ ਆਹ ਵੇਰ ਮੋਤਰੇ ਦੀ ਨਹਿਰ ਦੇ ਕੋਲ ਪਹੁੰਚਿਆ ਅਤੇ ਮੈਂ ਹਾਂਜੀ, ਉਹਨੇ ਕਿਹਾ ਜੀ ਮੂੰਹ ਛੂ ਧੋਈਏ ਅਤੇ ਫਿਰ ਘਰ ਵੱਲੋਂ ਲੀਕਾਂ ਪਾਈਏ। ਅਤੇ ਮੈਂ ਚਲੋ ਜੀ, ਮੈਂ ਇਹਨਾਂ ਨੂੰ ਦੱਸ ਦਿਆਂ ਕਿ ਮੋਤਰੇ ਦੀ ਨਹਿਰ 'ਤੇ ਪਹੁੰਚ ਚੁੱਕੇ ਹਾਂ, ਇੱਥੋਂ ਪਾਣੀ ਵੀ ਪੀ ਲਿਆ ਅਤੇ ਅਲਹਮਦੁਲਿਲਾ। ਹੁਣ ਤੁਹਾਡਾ ਵੀਰ ਚੱਲਾ ਜੀ ਘਰ ਵੱਲ, ਦੁਆਵਾਂ 'ਚ ਯਾਦ ਰੱਖਣਾ, ਕੋਈ ਗਲਤੀ ਕੋਈ ਤਾਂ ਹੀ ਹੋਈ ਹੈ ਅਤੇ ਮਾਫ਼ ਕਰ ਦਿਓ ਬਾਈ ਨੂੰ, ਕਿਉਂਕਿ ਮੈਂ ਤਾਂ ਗਲਤੀਆਂ ਕਰ ਦਿੰਦੀ। ਅਤੇ ਇਸ ਲਈ ਅੱਲਾ ਹਾਫਿਜ਼, ਬਾਏ ਬਾਏ।